आज मैं अनीता मैम कहा कि हिंदी मैडम मैं हिंदी वाली बोल रही हूं। <laughs> so, मैं आपको बहुत-बहुत मुबारकबाद देती हूँ आपने अच्छी पढ़ाई करी और आपने अच्छे से सी हिंदी सीखी तभी आप दिल्ली तक पहुंच गए हैं <laughs> एक वीडियो भेजी किसी ने कि हिंदी वाली भेन जी भगवंत डंडे कुट रही है ਉਹ ਉਹ ਇੱਕ ਆਰਟ ਸੀ ਉਹ ਇੱਕ ਐਪੀਸੋਡ ਹੈ ਉਸ ਤਰੀਕੇ ਦਾ ਪਰ ਇਹ ਪਿਆਰ ਹੈ ਦਰਸ਼ਕਾਂ ਦਾ ਜਿਹੜਾ ਸਾਨੂੰ ਸਾਡੇ ਤੱਕ ਪਹੁੰਚਾਉਂਦੇ ਨੇ ਨੇ ਇੱਕ ਗੱਲ ਬੋਲੀ ਨਾ ਵੀ ਭਗਵੰਤ ਜਿੱਤ ਗਿਆ ਸਾਨੂੰ ਬਹੁਤ ਖੁਸ਼ੀ ਆ ਤੇ ਮੇਰੀਆਂ ਸੱਚੀ ਜਣਾ ਮੇਰੀਆਂ ਅੱਖਾਂ ਚ ਹਾਂਜੂ ਆ ਗਏ ਸੀ ਖੁਸ਼ੀ ਦੇ ਹਣੇ ਬੈਠੇ ਸਭ ਦੇ ਮਨ ਚ ਆਇਆ ਕਿ ਨਹੀਂ ਯਾਰ ਮਸਤੀ ਕਰਨ ਨੂੰ ਦਿਲ ਕਰ ਰਿਹਾ ਅੱਜ ਤੱਕ ਸੱਚੀ ਖੁਸ਼ੀ ਮਨਾਉਣ ਨੂੰ ਜੀ ਕਰ ਰਿਹਾ ਤੇ ਬੱਚੇ ਨੇ ਭੰਗੜੇ ਪਾਏ ਖੁਸ਼ੀ ਮਨਾਈ ਅਸੀਂ ਲੱड्डੂ ਲਿਆਂਦੇ ਸਮੋਸੇ ਲਿਆਂਦੇ ਸਭ ਨੇ ਪਾਰਟੀ ਕਰ ਲਈ ਇੱਥੇ ਬੈਠ ਕੇ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਦਾ ਕੋਈ ਬਹੁਤ ਲੰਬਾ ਸਫ਼ਰ ਨਹੀਂ ਹੈ ਹੈਨਾ ਬਹੁਤ ਛੋਟੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਜਿੱਤ ਲਈ ਹੈ ਹਰ ਉਸ ਮੁੱਦੇ ਨੂੰ ਛੂੰਹਦੇ ਨੇ ਜਿਸ ਨੂੰ ਕਦੇ ਨਹੀਂ ਕਿਸੇ ਨੇ ਛੋਇਆ ਹੈਨਾ ਕੋਈ ਕੋਈ ਮੁੱਦਾ ਪੋਲਿਟਿਕਸ ਦੇ ਵਿੱਚ ਹੋਵੇ ਕੋਈ ਮੁੱਦਾ ਪਾਰਲੀਮੈਂਟ ਦੇ ਵਿੱਚ ਉਠਾਉਣਾ ਹੋਵੇ ਤਾਂ ਬੇਚਿੱਜ ਹੋ ਕੇ ਉਠਾਉਂਦੇ ਭਗਵੰਤ ਨੇ ਇਸ ਨੂੰ ਅਪਣਾਇਆ ਖਟਕੜ ਕਲਾਂ ਜਾ ਕੇ ਸੋਚ ਚੱਕਣੀ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਰਨ ਵਾਲੇ ਬੰਦੇ ਅੱਜ ਵੀ ਹੈ ਕੁਈ ਇਦਾਂ ਦੀ ਯਾਰ ਜਿਹੜੀ ਤੁਹਾਨੂੰ ਲੱਗਦਾ ਕਿ ਹਾਂ ਇਹ ਜ਼ਰੂਰ ਸਾਂਝੀ ਕਰਨ ਵਾਲੀ ਆ ਆਡੀਅנס ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਉਹਨਾਂ ਦੇ ਬਾਰੇ ਕਿਉਂਕਿ ਤੁਸੀਂ ਇੰਨਾ ਟਾਈਮ ਉਹਨਾਂ ਦੇ ਨਾਲ ਕੰਮ ਕੀਤਾ ਹੈ ਜਾਂ ਬੜਾ ਨੇੜੇ ਹੋ ਤੁਸੀਂ ਉਹਨਾਂ ਨੂੰ ਜਾਣਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਖੁਸ਼ੀ ਸਰਾ ਪੰਜਾਬ ਦੇ ਵਿੱਚ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਇਲੈਕਸ਼ਨਸ ਨੂੰ ਲੈ ਕੇ ਸੋ ਫਾਈਨਲੀ ਨਤੀਜਾ ਆ ਗਿਆ ਪੰਜਾਬ ਨੂੰ ਉਹਨਾਂ ਦਾ ਚੀਫ ਮਨਿਸਟਰ ਮਿਲ ਚੁੱਕਾ ਹੈ ਜੋ ਕਿ ਭਗਵੰਤ ਮਾਨ ਜੀ ਨੇ ਸੋ ਉਹਨਾਂ ਦੇ ਲਈ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਅੱਗੇ ਖੜੇ ਸੀ ਉਹਨਾਂ ਨੂੰ ਸਪੋਰਟ ਕਰ ਰਹੇ ਸੀ ਉਹਨਾਂ ਦੇ ਕੁਝ ਪੁਰਾਣੇ ਟੀਮ ਮੈਂਬਰਸ ਮੋੜੇ ਨਾ ਮੋੜਾ ਮਿਲਾ ਕੇ ਪੂਰਾ ਪੂਰਾ ਉਹਨਾਂ ਦਾ ਸਾਥ ਦੇ ਰਹੇ ਸੀ ਤੇ ਇੱਕ ਹੀ ਮਨੋ ਕਾਮਨਾ ਸੀ ਉਹਨਾਂ ਦੀ ਕਿ ਉਹ ਜਿੱਤ ਜਾਣ ਤੇ ਪੰਜਾਬ ਦੇ ਵਿੱਚ ਇੱਕ ਨਵਾਂ ਚੇਂਜ ਲੈ ਕੇ ਆਣ ਕੁਝ ਟਾਈਮ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਅਸੀਂ ਤੁਹਾਡੇ ਸਭ ਦੀ ਮੁਲਾਕਾਤ ਕਰਵਾਈ ਸੀ ਉਹਨਾਂ ਦੇ ਹਿੰਦੀ ਵਾਲੇ ਮੈਡਮ ਦੇ ਨਾਲ ਜੋ ਕਿ ਨੀਤਾ ਸ਼ਬਦੀਸ਼ ਜੀ ਨੇ ਤੇ ਅੱਜ ਫੇਰ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਣ ਲੱਗਿਆਂ ਤੁਹਾਡੀ ਸਭ ਦੀ ਮੇਰੇ ਨਾਲ ਮੌਜੂਦ ਨੇ ਅਨੀਤਾ ਸ਼ਬਦੀਸ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੈਮ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਇੱਕ ਵਾਰ ਫਿਰ ਤੋਂ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਾਰੇ ਦਰਸ਼ਕਾਂ ਨੂੰ ਮੇਰਾ ਮੋਹ ਪਰਿਆ ਸਲਾਮ ਹੈ ਤੇ ਬਹੁਤ ਵੱਡੀ ਮੁਬਾਰਕਬਾਦ ਵੀ ਹੈ ਜੀ ਸੋ ਅੱਜ ਮੈਂ ਅਨੀਤਾ ਮੈਮ ਕਹਾ ਕਿ ਹਿੰਦੀ ਵਾਲੇ ਮੈਡਮ ਕਹਾ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਪਰ ਅਸੀਂ ਤੇ ਉਹੀ ਕਲਾਕਾਰ ਆ ਸਭ ਤੋਂ ਪਹਿਲਾਂ ਤੇ ਕਿੰਨੀ ਕੁ ਖੁਸ਼ੀ ਹੋਈ ਸੀ ਕੱਲ ਜਦੋਂ ਰਿਜ਼ਲਟ ਅਨਾਉਂਸ ਹੋਇਆ ਨੇ ਪੂਰਾ ਦਿਨ ਸਭ ਦੀ ਅੱਖਾਂ ਟਿਕੀਆਂ ਹੋਈਆਂ ਸੀ ਬਿਲਕੁਲ ਜੀ ਬਹੁਤ ਵੱਡੀ ਖੁਸ਼ੀ ਹੈ ਬਹੁਤ ਵੱਡੀ ਜਿੱਤ ਹੈ ਸੱਚ ਦੱਸਾਂ ਤਾਂ ਮੈਂ ਉਦੋਂ ਰਾਹ ਦੇ ਵਿੱਚ ਸੀਗੀ ਕਿਉਂਕਿ ਸਵੇਰੇ ਸੁਣਦੇ ਆ ਰਹੇ ਸੀ ਤੇ ਪਰ ਕੰਮ ਵੀ ਸਾਰੇ ਜ਼ਰੂਰੀ ਸੀ ਨਾਲ-ਨਾਲ ਤੇ ਮੈਂ ਬੈਂਕ ਪਹੁੰਚੀ ਸੀ ਤੇ ਉੱਥੇ ਹੀ ਮੈਨੂੰ ਮੂੰਹ ਮਿੱਠਾ ਮੇਰਾ ਕਰਵਾ ਦਿੱਤਾ ਸੀ ਉਹਨਾਂ ਨੇ ਬੈਂਕ ਦੇ ਵਿੱਚ ਕਰਮਚਾਰੀ ਆਪਸ ਵਿੱਚ ਲੱਗੇ ਹੋਏ ਸੀ ਮੂੰਹ ਮਿੱਠਾ ਕਰਨ ਤੇ ਜਦੋਂ ਉਹਨਾਂ ਨੇ ਇਹ ਗੱਲ ਬੋਲੀ ਨਾ ਵੀ ਭਗਵੰਤ ਜਿੱਤ ਗਿਆ ਸਾਨੂੰ ਬਹੁਤ ਖੁਸ਼ੀ ਆ ਤੇ ਮੇਰੇ ਹੱਥ ਸੱਚੀ ਜਾਣੋ ਮੇਰੇ ਅੱਖਾਂ 'ਚ ਹੰਝੂ ਆ ਗਏ ਸੀ ਖੁਸ਼ੀ ਦੇ ਹੰਝੂ ਕਿ ਇੱਕ ਕਲਾਕਾਰ ਐਸ ਮੁਕਾਮ ਤੇ ਪਹੁੰਚਿਆ ਆਪਣੀ ਹਿੰਮਤ ਦੇ ਨਾਲ ਆਪਣੀ ਮਿਹਨਤ ਦੇ ਨਾਲ ਤੇ ਬੇहद ਖੁਸ਼ੀ ਹੈ ਸਾਡੇ ਕਲਾਕਾਰ ਦਾ ਉੱਥੇ ਪਹੁੰਚਣਾ ਮੈਂ ਦੇਖ ਰਹੀ ਸੀ ਤੁਸੀਂ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਇੰਸਟਾਗ੍ਰam ਦੇ ਉੱਪਰ ਵਿਸ਼ਕਰ ਦੇ ਹੋਏ ਭਗਵੰਤ ਮਾਨ ਜੀ ਨੂੰ ਉਹਦੇ ਬਾਰੇ ਦੱਸੋ ਕਿਵੇਂ ਪਲਾਨ ਕੀਤਾ ਐਕਚੁਅਲੀ ਕੋਈ ਪਲਾਨ ਨਹੀਂ ਸੀਗਾ ਪਰ ਜਦੋਂ ਸਾਨੂੰ ਲੱਗ ਰਿਹਾ ਸੀਗੇ ਕਿ ਇਸ ਤਰ੍ਹਾਂ ਦਾ ਮਤਲਬ ਖੁਸ਼ੀ ਵਾਲੇ ਮੌਕਾ ਆ ਰਿਹਾ ਹੈ ਤੇ ਮੈਂ ਕਲਾਸ 'ਚ ਲਗਾ ਰਹੀ ਸੀ ਮੈਂ ਸੱਚੀ ਦੱਸਾਂ ਇਮਾਨਦਾਰੀ ਨਾਲ ਜਿਉਂ ਹੀ ਮੈਂ ਦਰਵਾਜ਼ਾ ਐਂਟਰ ਕੀਤੀ ਤੇ ਮੈਂ ਜ਼ੋਰ ਦੀ ਬੜਕ ਮਾਰੀ ਓ ਛੱਡ ਦਿਓ ਕਲਾਸ ਅੱਜ ਖੁਸ਼ੀ ਦਾ ਮੌਕਾ ਹੈ ਨੱਚੋ ਟਪੋ ਐਨਜੋਏ ਕਰੋ ਬੱਚੇ ਸਾਰੇ ਦੇਖ ਕੇ ਹੈਰਾਨ ਸੀ ਤੇ ਸ਼ਬਦੀਸ਼ ਕਹਿੰਦੇ ਮੈਂ ਬੜੇ ਸੀਰੀਅਸ ਟਾਪਿਕ ਤੇ ਗੱਲ ਕਰ ਰਿਹਾ ਸੀ ਤੂੰ ਆ ਕੇ ਇੱਕਦਮ ਇੰਨਾ ਜ਼ਿਆਦਾ ਲਾਊਡ ਐਕਸਪ੍ਰੈਸ਼ਨ ਦਿੱਤਾ ਮੈਂ ਕਿਹਾ ਅੱਜ ਲੋਡ ਹੈ ਲਾਊਡ ਐਕਸਪ੍ਰੈਸ਼ਨ ਦੀ ਸੋ ਮਤਲਬ ਖੁਸ਼ੀ ਹੁੰਦੀ ਹੈ ਨਾ ਤੇ ਉਸ ਖੁਸ਼ੀ ਨੂੰ ਜ਼ਾਹਿਰ ਕਰਨਾ ਔਰ ਇੱਕ ਦੂਜੇ ਨਾਲ ਸ਼ੇਅਰ ਕਰਨਾ ਉਹ ਚੰਗਾ ਲੱਗਦਾ ਹੈ ਤੇ ਬੱਚੇ ਸਾਰੇ ਮੈਮ ਅਸੀਂ ਪਹਿਲਾਂ ਹੀ ਕਹਿ ਰਹੇ ਸੀ ਸਰ ਨੂੰ ਵੀ ਅਸੀਂ ਉਹ ਇਲੈਕਸ਼ਨ ਦੇ ਸੁਣਨੇ ਆ ਸਾਰੇ ਰਿਜ਼ਲਟ ਸੁਣਨੇ ਆ ਇਵਨ ਕਿ ਸ਼ਬਦੀਸ਼ ਨੇ ਵੀ ਇਹ ਕਿਹਾ ਸੀਗਾ ਕਿ ਮੈਂ ਘਰੇ ਬੈਠਣਾ ਅੱਜ ਛੁੱਟੀ ਕਰ ਦਿੰਨੇ ਆ ਤੇ ਮੈਂ ਕਹਿੰਨੀ ਛੁੱਟੀ ਤਾਂ ਨਹੀਂ ਜਿਹੜੇ ਨਵੇਂ ਬੱਚੇ ਆਏ ਨੇ ਕਲਾਸ ਵਾਲੇ ਉਹਨਾਂ ਨੂੰ ਕਾਨੂੰ ਉਹ ਕਰਨਾ ਤੇ ਮੈਂ ਮੈਂ ਕਿਹਾ ਆਪਾਂ ਇੱਥੇ ਬੈਠ ਕੇ ਰਿਜ਼ਲਟ ਸੁਣਾਵਾਂਗੇ ਤੇ ਅਸੀਂ ਇੱਥੇ ਬੈਠ ਕੇ ਟੀਵੀ ਲਗਾ ਕੇ ਸਾਰੇ ਰਿਜ਼ਲਟ ਸੁਣੇ ਤੇ ਉਸ ਤੋਂ ਬਾਅਦ ਫਿਰ ਬੈਠੇ-ਬੈਠੇ ਸਭ ਦੇ ਮਨ ਚ ਆਇਆ ਕਿ ਨਹੀਂ ਯਾਰ ਮਸਤੀ ਕਰਨ ਨੂੰ ਦਿਲ ਕਰ ਰਿਹਾ ਅੱਜ ਤੱਕ ਸੱਚੀ ਖੁਸ਼ੀ ਮਨਾਉਣ ਨੂੰ ਜੀ ਕਰਦਾ ਤੇ ਬੱਚਿਆਂ ਨੇ ਭੰਗੜੇ ਪਾਏ ਖੁਸ਼ੀ ਮਨਾਈ ਅਸੀਂ ਲੱਡੂ ਲਿਆਂਦੇ ਸਮੋਸੇ ਲਿਆਂਦੇ ਸਭ ਨੇ ਪਾਰਟੀ ਕਰ ਲਈ ਇੱਥੇ ਬੈਠ ਕੇ ਜੀ ਉਹ ਖੁਸ਼ੀ ਸ਼ਾਇਦ ਕਿਤੇ ਨਾ ਕਿਤੇ ਸ਼ਬਦਾਂ ਚ ਬਿਆਨ ਤਾਂ ਨਹੀਂ ਕੀਤੀ ਜਾ ਸਕਦੀ ਪਰ ਤੁਹਾਡੇ ਫੇਸ ਤੇ ਮੈਨੂੰ ਅਜੇ ਵੀ ਚੀਜ਼ ਨਜ਼ਰ ਆ ਰਹੀ ਏ ਸੋ ਕੀ ਲੱਗ ਰਿਹਾ ਮੈਮ ਹਨਾ ਜਿਵੇਂ ਤੁਸੀਂ ਕਹਿਆ ਇੱਕ ਕਲਾਕਾਰ ਅੱਗੇ ਆਇਆ ਹਨ ਕਲਾਕਾਰ ਨੂੰ ਉੱਥੋਂ ਤੱਕ ਪਹੁੰਚਾਇਆ ਕਿਤੇ ਨਾ ਕਿਤੇ ਨਾ ਲੋਕ ਇਹ ਚ ਬੜੀ ਸੋਚਦੇ ਸੀ ਅੱਛਾ ਕਾਮੇਡੀਅਨ ਹੈ ਸਿਰਫ ਕਾਮੇਡੀ ਕਰ ਸਕਦਾ ਹੈ ਅੱਛਾ ਐਕਟਰ ਹੈ ਸਿਰਫ ਐਕਟਿੰਗ ਕਰ ਸਕਦਾ ਹੈ ਉੱਥੋਂ ਤੱਕ ਹੀ ਰਹਿ ਸਕਦਾ ਐਕਟਿੰਗ ਤੱਕ ਹੀ ਜੇ ਪੋਲਿਟਿਕਸ ਜਾਣਗੇ ਉੱਥੇ ਲੋਕਾਂ ਬਾਰੇ ਨਹੀਂ ਸੋਚ ਸਕਦੇ ਕੁਝ ਬਣਾ ਨਹੀਂ ਸਕਦੇ ਉਹਨਾਂ ਦਾ ਪਰ ਅੱਜ ਇੱਕ ਕਮੇਡੀਅਨ ਜਿਨੇ ਕਮੇਡੀਅਨ ਹੁੰਦੇ ਹੋਏ ਲੋਕਾਂ ਨੂੰ ਇੰਨਾ ਐਂਟਰਟੇਨ ਕੀਤਾ ਜੋ ਪੋਲਿਟਿਕਸ 'ਚ ਆਏ ਤਾਂ ਅੱਜ ਉਸ ਜੇਰ ਤੱਕ ਪਹੁੰਚ ਗਏ। ਅਮ ਬਹੁਤ ਖੁਸ਼ੀ ਹੈ ਦੇਖੋ ਕਲਾਕਾਰ ਜਿਹੜੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਹਰ ਪੇਨ ਨੂੰ ਮਹਿਸੂਸ ਕਰ ਸਕਦੇ ਹੁੰਦੇ ਨੇ। ਹੈਨਾ? ਖਾਸ ਕਰਕੇ ਜਿਹੜਾ ਇੱਕ ਬਹੁਤ ਛੋਟੇ ਲੈਵਲ ਤੋਂ ਛੋਟੇ ਛਿਡਸ ਕਰਦਾ ਹੋਇਆ ਕਲਾਕਾਰ ਇਸ ਮੁਕਾਮ ਤੇ ਪਹੁੰਚੇ ਕਿ ਉਹ ਕਮੇਡੀ ਦਾ ਬਾਦਸ਼ਾਹ ਬਣ ਗਿਆ। ਨਾ ਤਾਂ ਉਸ ਤੋਂ ਬਾਅਦ ਉਹ ਕਿਸ ਤਰੀਕੇ ਨਾਲ ਉਹਨੇ ਇੱਕਦਮ ਇਧਰ ਛਾਲ ਮਾਰੀ ਕੇ ਪੋਲਿਟਿਕਸ ਦੇ ਵਿੱਚ ਚਲੇ ਜਾਣਾ ਹਾਲਾਂਕਿ ਜਦੋਂ ਅਸੀਂ ਕੰਮ ਕਰਦੇ ਹੁੰਦੇ ਸੀ ਸਾਨੂੰ ਨਹੀਂ ਸੀ ਲੱਗਦਾ ਕਿ ਕਦੀ ਕੋਈ ਇਦਾਂ ਦਾ ਮਕਾਮ ਆਏਗਾ ਕਿ ਉਹ ਪੋਲਿਟਿਕਸ 'ਚ ਜਾਣਗੇ ਮਤਲਬ ਮੈਨੂੰ ਪਰਸਨਲੀ ਨਹੀਂ ਸੀ ਲੱਗਦਾ ਆਪਸ 'ਚ ਇਹਨਾਂ ਦੀ ਮੁੰਡਿਆਂ ਦੀ ਆਪਸ 'ਚ ਗੱਲਬਾਤ ਹੁੰਦੀ ਵੀ ਹੋਵੇ ਤਾਂ ਸਾਨੂੰ ਨਹੀਂ ਪਤਾ ਇਸ ਬਾਰੇ ਲੇਕਿਨ ਇਸ ਉਦੋਂ ਨਹੀਂ ਸੀ ਸੋਚਿਆ ਉਦੋਂ ਇੰਨਾ ਹਸਾਉਣ ਖੜਾਉਣ ਵਾਲਾ ਬੰਦਾ ਇੰਨਾ ਮਸਤੀ ਕਰਨ ਵਾਲਾ ਬੰਦਾ ਕਿਸ ਤਰ੍ਹਾਂ ਚੇਂਜ ਆਈ ਉਹਦੀ ਜ਼ਿੰਦਗੀ ਦੇ ਵਿੱਚ ਕਿ ਉਹ ਪੋਲਿਟਿਕਸ ਦੇ ਵਿੱਚ ਪਹੁੰਚ ਗਏ ਔਰ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਦਾ ਕੋਈ ਬਹੁਤ ਲੰਬਾ ਸਫ਼ਰ ਨਹੀਂ ਹੈ ਹੈਨਾ ਬਹੁਤ ਛੋਟੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਜਿੱਤ ਲਈ ਹੈ ਇਹ ਹੈਨਾ ਤੇ ਇਹ ਲੋਕਾਂ ਦਾ ਸਾਥ ਵੀ ਹੈ ਔਰ ਲੋਕੀ ਪੰਜਾਬ ਦੇ ਲੋਕੀ ਚਾਹੁੰਦੇ ਨੇ ਕਿ ਚੇਂਜ ਮਿਲੇ ਤੇ ਉਹ ਚੇਂਜ ਉਹਨਾਂ ਨੂੰ ਮਿਲੀ ਵੀ ਹੈ ਤੇ ਮੈਂ ਸੱਚੀ ਮੁੱੱਚੀ ਸਾਨੂੰ ਬੇहद ਖੁਸ਼ੀ ਹੈ ਕਿ ਇੱਕ ਐਸ ਟਾਈਪ ਨਾਲ ਸੰਜੀਤਗੀ ਵਾਲਾ ਬੰਦਾ ਜਿਹੜਾ ਹੈਗਾ ਕਿ ਹਾਲਾਂਕਿ ਉਹ ਉਹਨਾਂ ਦੇ ਬਾਰੇ ਇਹ ਹੀ ਕਿ ਉਹ ਹਰ ਵੇਲੇ ਕਾਮੇਡੀ ਕਰਦੇ ਨੇ ਹਰ ਵੇਲੇ ਹੱਸਦੇ ਖੇਡਦੇ ਨੇ ਔਰ ਸੱਚਾਈ ਵੀ ਹੈਗਾ ਹੱਸਦੇ ਖੇਡਦੇ ਰਹੇ ਨੇ ਪਰ ਮੈਂ ਉਹਨਾਂ ਨੂੰ ਜਦੋਂ ਮੈਂ ਉਹਨਾਂ ਨਾਲ ਕੰਮ ਕਰਦੀ ਸੀ ਮੈਂ ਕਦੀ ਵੀ ਉਹਨਾਂ ਨੂੰ ਚੁੱਪ ਬੈਠੇ ਨਹੀਂ ਸੀ ਦੇਖਿਆ ਕਦੀ ਵੀ ਨਹੀਂ ਮਤਲਬ ਹਰ ਵੇਲੇ ਮસ્ਤੀ ਸੁਜਣੀ ਹਰ ਵੇਲੇ ਸ਼ਰਾਰਤ ਸੁਜਣੀ ਐਸ ਟਾਈਪ ਨਾਲ ਉਹਨਾਂ ਦਾ ਸੁਭਾਅ ਸੀਗਾ ਪਰ ਜਦੋਂ ਦਾ ਮੈਂ ਪੋਲਿਟਿਕਸ 'ਚ ਦੇਖ ਰਹੀ ਹਾਂ ਉਹ ਹਰ ਉਸ ਮੁੱਦੇ ਨੂੰ ਛੂੰਹਦੇ ਨੇ ਜਿਹਨੂੰ ਕਦੇ ਨਹੀਂ ਕਿਸੇ ਨੇ ਛੋਇਆ ਹੁੰਦਾ ਹੈਨਾ ਕੋਈ ਕੋਈ ਮੁੱਦਾ ਪੋਲਿਟਿਕਸ ਦੇ ਵਿੱਚ ਹੋਵੇ ਕੋਈ ਮੁੱਦਾ ਪਾਰਲੀਮੈਂਟ ਦੇ ਵਿੱਚ ਉਠਾਉਣਾ ਹੋਵੇ ਤੋਂ ਬੇਚੀਜਕ ਹੋ ਕੇ ਉਠਾਉਂਦੇ ਨੇ ਤੋਂ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਇੱਕ ਸੰਜੀਦਗੀ ਵਾਲਾ ਬੰਦਾ ਜਿਹੜਾ ਕਿ ਸਾਡੀ ਹੁਣ ਗੱਲ ਕਰ ਸਕਦਾ ਹੈਨਾ ਸਿਰਫ ਕੁਰਸੀ ਦੀ ਚਾਹਤ ਨਾਲ ਨਹੀਂ ਸੱਚੀ ਮੁੱਚੀ ਕੰਮ ਕਰਨ ਦੀ ਚਾਹਤ ਨਾਲ ਉੱਥੇ ਪਹੁੰਚਿਆ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਸੋ ਹਨਜੀ ਮੈਂ ਤੁਸੀ ਕਿਹਾ ਬੜੇ ਚੁਲਬੁਲੇ ਜੀ ਅੰਦਾਜ਼ ਦੇ ਨੇ ਉਹ ਹਮੇਸ਼ਾ ਹਾਸਦੇ ਰਹਿੰਦੇ ਨੇ ਚੁਟਕਲੇ ਵਿਅੰਗ ਨਾਰਮਲ ਹਨ ਉਹਨਾਂ ਦਾ ਰੰਦਾ ਹੀ ਚੀਜ਼ ਹੈ ਪਰ ਜਦੋਂ ਉਹਨਾਂ ਦੀ ਕਈ ਵਾਰੀ ਸਟੇਜ ਦੇਖੀ ਦੀ ਆ ਸਪੀਚਸ ਦੇਖੀ ਨੇ ਤੇ ਇੱਕ ਪ੍ਰੋਪਰ ਮੈਚਿਓਰਿਟੀ ਲੈਵਲ ਨਜ਼ਰ ਆਉਂਦਾ ਹੈ ਛੋਟੀ ਤੋਂ ਛੋਟੀ ਚੀਜ਼ ਉਹਨਾਂ ਦੀ ਨਜ਼ਰ ਆਉਂਦੀ ਹੈ ਜੇ ਕਰਮਜੀਤ ਸਰ ਵੀ ਗੱਲ ਕਰੇ ਤਾਂ ਉਹ ਵੀ ਹਮੇਸ਼ਾ ਚੀਜ਼ ਕਹਿੰਦੇ ਨੇ ਕਿ ਲੋਕਾਂ ਨੂੰ ਸਵਾਲ ਉਠਾਣਾ ਭਗਵੰਤ ਨੇ ਸਿਖਾਇਆ ਉਹਨਾਂ ਦੇ ਹੁੰਦਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਉਹਨਾਂ ਬਣਾਇਆ ਕਿ ਤੁਸੀਂ ਸਵਾਲ ਕਰੋ ਆਪਣੇ ਜਿਹੜੇ ਉਮੀਦਵਾਰ ਨੇ ਜਿਹੜੇ ਬੰਦੇ ਖੜੇ ਨੇ ਕਿ ਤੁਸੀਂ ਕਾਰਯੋ ਬਿਲਕੁਲ ਕੀਤਾ ਹੈ ਕਿਉਂਕਿ ਭਗਵੰਤ ਇੱਕ ਉਹ ਕਲਾਕਾਰ ਹੈ ਜਦੋਂ ਤੁਸੀਂ ਜੇ ਪੁਰਾਣੇ ਕੋਈ ਵੀ ਸਕਿਟਸ ਉਹਨਾਂ ਦੀਆਂ ਕੱਢ ਕੇ ਦੇਖ ਲਓ ਉਹ ਕਮੇਡੀ ਦੇ ਵਿੱਚ ਪੋਲਿਟੀਕਲ ਸਟਾਇਰ ਕਰਦੇ ਰਹੇ ਨੇ ਤੇ ਉਹਨਾਂ ਨੇ ਉਦੋਂ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਸੀ ਜਦੋਂ ਬਹੁਤ ਯੰਗ ਪੀਰੀਅਡ ਦੇ ਵਿੱਚ ਸਕੂਲ ਟਾਈਮ ਦੇ ਵਿੱਚ ਵੀ ਜਦੋਂ ਕਾਲਜ ਟਾਈਮ 'ਚ ਉਹ ਕੰਮ ਕਰਦੇ ਸੀਗੇ ਸੋ ਉਹ ਜਿਹੜੀਆਂ ਸਕਿਟਸ ਸੀਗੀਆਂ ਪੋਲਿਟিক্যাল ਸਟਾਇਰ ਕਰਨੇ ਹਨਾ ਚਾਹੇ ਉਹ ਕ腐ਪਸ਼ਨ ਦਾ ਮੁੱਦਾ ਹੋਵੇ ਚਾਹੇ ਸਕੂਲ ਦਾ ਹੋਵੇ ਚਾਹੇ ਕੋਈ ਹੋਰ ਸਰਕਾਰੀ ਦਫਤਰ ਦਾ ਹੋਵੇ ਕਿਸੇ ਵੀ ਤਰੀਕੇ ਦਾ ਹੋਵੇ ਤਾਂ ਉਹ ਸਵਾਲ ਉਠਾਉਂਦੇ ਸੀਗੇ ਤੇ ਆਪਣੇ ਅੰਦਾਜ਼ ਵਿੱਚ ਉਠਾਉਂਦੇ ਸੀ ਬਿਕੋਜ਼ ਉਹ ਕਮੇਡੀਅਨ ਸੀਗੇ ਕਮੇਡੀ ਦੇ ਜ਼ਰੀਏ ਆਪਣਾ ਮੈਸੇਜ ਦਿੰਦੇ ਸੀਗੇ ਸੋ ਉਹ ਸਵਾਲ ਉਠਾਉਣਾ ਜਿਹੜਾ ਸੱਚੀ ਮੁੱਚੀ ਸਹੀ ਗੱਲ ਹੈ ਕਿ ਲੋਕਾਂ ਤੱਕ ਇਹ ਗੱਲ ਪਹੁੰਚੀ ਹੈ ਕਿ ਤੁਸੀਂ ਸਵਾਲ ਤੁਹਾਨੂੰ ਕਰਨੇ ਆਉਣੇ ਚਾਹੀਦੇ ਨੇ ਔਰ ਲੋਕਾਂ ਨੇ ਸਵਾਲ ਕੀਤਾ ਵੀ ਹੈ ਤੇ ਇਹ ਕਰਕੇ ਉਹਦਾ ਅਨਸਰ ਵੀ ਦਿੱਤਾ ਹੈ ਕਿ ਸਾਨੂੰ ਚੇਂਜ ਚਾਹੀਦੀ ਹੈ। ਤਾਂ ਚੇਂਜ ਮਿਲੀ ਵੀ ਹੈ। ਉਹਨਾਂ ਨੇ ਇੱਕ ਚੀਜ਼ ਕਹੀ ਕਿ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਚੇਂਜ ਨਜ਼ਰ ਆ ਜਾਏਗਾ। ਪੰਜਾਬ ਦੇ ਵਿੱਚ ਦੂਜੀ ਚੀਜ਼ ਉਹਨਾਂ ਨੇ ਇਹ ਕਿ ਜਿੱਥੇ ਅੱਗੇ ਸਾਨੂੰ ਬਹੁਤ ਸਾਰੇ ਪੋਲੀਟੀਸ਼ੀਅਨਸ ਦੀਆਂ ਦਫ਼ਤਰਾਂ ਦੇ ਵਿੱਚ ਫੋਟੋਆਂ ਲੱਗੀਆਂ ਮਿਲਦੀਆਂ ਸੀ ਦੇਖਣ ਨੂੰ ਉਹ ਚੀਜ਼ ਨਹੀਂ ਮਿਲੇਗੀ। ਉੱਥੇ ਸ਼ਹੀਦ ਭਗਤ ਸਿੰਘ ਜੀ ਦੀ ਜਿਹੜੀ ਫੋਟੋ ਸਿਰਫ ਉਹੀ ਲਗਾਈ ਜਾਏਗੀ। ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੈਂ ਕਿ ਬੜੀ ਅਲੱਗ ਚੀਜ਼ ਹੈ ਜਿਹੜੀ ਉਹਨਾਂ ਦੇ ਵੱਲੋਂ ਪਹਿਲ ਕੀਤੀ। ਅਹ ਦੇਖੋ ਮੈਂ ਜੇ ਇਸ ਮੁੱਦੇ ਤੇ ਗੱਲ ਕਰਾਂ ਕਿ ਭਗਤ ਸਿੰਘ ਦੀ ਸੋਚ ਨਾਲ ਜੁੜੇ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਘੱਟ ਲੋਕ ਨੇ ਜਿਹੜੇ ਭਗਤ ਸਿੰਘ ਦੀ ਸੋਚ ਨੂੰ ਅਪਣਾ ਕੇ ਚੱਲ ਰਹੇ ਨੇ ਅ ਭਗਵੰਤ ਦੀ ਇਸ ਗੱਲ ਦੇ ਉੱਤੇ ਮੈਂ ਦਾਤ ਦਿੰਨੀ ਹੈ ਕਿ ਉਹਨਾਂ ਨੇ ਜਦੋਂ ਪਹਿਲਾਂ ਵੀ ਸੌ ਚੱਕੀ ਸੀਗੀ ਤੇ ਜਾ ਕੇ ਸਰਟੀਫਿਕੇਟ ਉੱਥੇ ਲਿਜਾ ਕੇ ਰੱਖਿਆ ਸੀ ਕਿ ਮੈਂ ਖਟਕੜ ਕਲਾਂ ਤੋਂ ਹੀ ਸ਼ੁਰੂਆਤ ਕਰੂੰਗਾ ਤੇ ਹੁਣ ਵੀ ਕੱਲ ਅਨਾਉਂਸ ਕੀਤਾ ਹੈ ਕਿ ਮੈਂ ਖਟਕੜ ਕਲਾਂ ਜਾ ਕੇ ਸੌ ਚੱਕਾਂਗਾ ਨਾ ਤੋਂ ਉਦੋਂ ਤੋਂ ਉਹਨਾਂ ਨੇ ਜਦੋਂ ਪਾਰਲੀਮੈਂਟ ਚ ਗਏ ਸੀ ਉਦੋਂ ਤੋਂ ਉਹਨਾਂ ਨੇ ਪੀਲੀ ਪੱਗ ਬੰਨੀ ਹੈ ਹੈਨਾ ਭਗਤ ਸਿੰਘ ਦੇ ਰੰਗ ਦਾ ਪੱਗ ਬੰਨਣੀ ਹੈ ਇਹ ਇੱਕ ਛੋਟੇ ਛੋਟੇ ਜੈਸਚਰ ਹੁੰਦੇ ਨੇ ਜਿਹੜੇ ਤੁਹਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਨੇ ਔਰ ਜਿਹੜੇ ਤੁਹਾਨੂੰ ਲੋਕਾਂ ਦੇ ਮਨਾਂ ਵਿੱਚ ਵੀ ਤੁਹਾਡੀ ਜਗ੍ਹਾ ਬਣਾਉਂਦੇ ਨੇ ਹੁਣ ਲਗਾਤਾਰ ਉਹਨਾਂ ਨੇ ਉਸ ਪੱਗ ਦੇ ਵਿੱਚ ਆਪਣਾ ਰੂਪ ਨੂੰ ਰੱਖਿਆ ਠੀਕ ਹੈ ਭਗਤ ਸਿੰਘ ਦੀ ਸੋਚ ਨੂੰ ਅਪਣਾਇਆ ਮੈਂ ਸੋਚ ਨੂੰ ਹੀ ਕਹਾਂਗੀ ਬਿਕੋਜ਼ ਪੱਗ ਬਨਣਾ ਪੱਗ ਹਰ ਕੋਈ ਬਨ ਲੈਂਦਾ ਬਟ ਐਨੀ ਲਗਾਤਾਰ ਉਸ 컬러 ਨੂੰ ਲੈ ਕੇ ਚੱਲਣਾ ਜਾਂ ਉਸ ਸੋਚ ਨੂੰ ਲੈ ਕੇ ਚੱਲਣਾ ਸੌਖਾ ਨਹੀਂ ਹੁੰਦਾ ਨਾ ਪਰ ਭਗਵੰਤ ਨੇ ਇਸ ਨੂੰ ਅਪਣਾਇਆ ਖੜਕੜ ਕਲਾ ਜਾ ਕੇ ਸੋਚ ਚੱਕਣੀ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਰਨ ਵਾਲੇ ਬੰਦੇ ਅੱਜ ਵੀ ਹੈਗੇ ਨੇ ਸੋ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਤੁੱਕੀ ਲੱਗਦਾ ਮੈਮ ਹੋਣਾ ਸੋਨੇ ਦੇ ਚਿੜੀ ਬਣੇਗਾ ਪੰਜਾਬ ਰੰਗਲਾ ਪੰਜਾਬ ਉਹ ਕਲਚਰ ਉਹ ਕਲਚਰ ਉਹ ਵਿਰਸਾ ਜਿਹੜਾ ਸਾਰੇ ਕਿਤੇ ਨਾ ਕਿਤੇ ਵੱਖ ਹੁੰਦੇ ਨਜ਼ਰ ਆ ਰਹੇ ਸੀ ਉਹ ਚੀਜ਼ਾਂ ਅਲੋਪ ਹੁੰਦੀਆਂ ਨਜ਼ਰ ਆ ਰਹੀਆਂ ਸੀ ਦੁਬਾਰਾ ਉਹ ਪੰਜਾਬ ਮਿਲ ਪਾਏਗਾ ਲੋਕਾਂ ਨੂੰ ਜਿਹਦੇ ਸਭ ਨੂੰ ਸੀ ਕਿ ਹਾਂ ਸਾਡਾ ਉਹ ਪੰਜਾਬ ਵਾਪਸ ਆ ਜਾਏ ਜਿਸ ਪੰਜਾਬ ਦੇ ਨੇ ਚਰਚੇ ਹੁੰਦੇ ਨੇ ਦੇਖੋ ਉਮੀਦਾਂ ਪੂਰੀਆਂ ਨੇ ਹਮੇਸ਼ਾ ਜਦੋਂ ਵੀ ਕੋਈ ਬੰਦਾ ਨਵਾਂ ਬੰਦਾ ਜਾਂ ਨਵੀਂ ਪਾਰਟੀ ਕਿਸੇ ਵੀ ਅਹੁਦੇ ਤੇ ਪਹੁੰਚਦੀ ਹੈ ਜਾਂ ਕਿਸੇ ਵੀ ਕੁਰਸੀ ਤੇ ਬੈਠਦੇ ਨੇ ਤਾਂ ਉਹ ਉੱਥੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਹੁਣ ਵੀ ਹੈਗੀਆਂ ਨੇ ਭਗਵੰਤ ਤੋਂ ਵੀ ਹੈਗੀਆਂ ਨੇ ਇੱਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਜ਼ਿਆਦਾ ਉਮੀਦਾਂ ਵੀ ਨੇ ਮਤਲਬ ਮੈਂ ਪਰਸਨਲੀ ਗੱਲ ਕਰਾਂ ਤਾਂ ਸਾਨੂੰ ਜ਼ਿਆਦਾ ਉਮੀਦਾਂ ਵੀ ਨੇ ਔਰ ਮੈਨੂੰ ਪੂਰੀ ਇਸ ਗੱਲ ਦੀ ਵੀ ਉਮੀਦ ਹੈ ਕਿ ਉਮੀਦ ਹੀ ਨਹੀਂ ਆਸ ਵੀ ਹੈ ਕਿ ਭਗਵੰਤ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਨਾਲ ਖਰਾ ਉਤਰੇਗਾ ਕਿਉਂਕਿ ਜਦੋਂ ਤੁਸੀਂ ਪੈਦਲ ਚੱਲ ਕੇ ਐਂਡ ਛੋਟੇ ਛੋਟੇ ਕਦਮ ਪੁੱਟ ਕੇ ਇਸ ਮੁਕਾਮ ਤੱਕ ਪਹੁੰਚੇ ਹੁੰਦੇ ਹੋ ਨਾ ਤਾਂ ਤੁਹਾਨੂੰ ਉਹ ਸਪੀਡ ਦਾ ਅਹਿਸਾਸ ਹੁੰਦਾ ਹੈ ਤੁਹਾਨੂੰ ਪਤਾ ਹੁੰਦਾ ਹੈ ਕਿ ਪੰਜਾਬ ਦੀਆਂ ਮਾਵਾਂ ਰੋ ਰਹੀਆਂ ਨੇ ਪੰਜਾਬ ਦੇ ਪੁੱਤ ਮਰ ਰਹੇ ਨੇ ਪੰਜਾਬ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਹੈ ਉਹ ਸਪੀਡ ਦਾ ਅਹਿਸਾਸ ਭਗਵੰਤ ਨੂੰ ਹੈਗਾ ਐਂਡ ਮੈਂ ਹਮੇਸ਼ਾ ਦੁਆ ਕਰਾਂਗੀ ਆਈ ਵਿਸ਼ ਕਿ ਉਹ ਏ ਸਪੀਡ ਨੂੰ ਸਮਝਦਾ ਹੋਇਆ ਏ ਸਪੀਡ ਨੂੰ ਮਹਿਸੂਸ ਕਰਦਾ ਹੋਇਆ ਚੰਗੀ ਤਰ੍ਹਾਂ ਜਿੰਨੇ ਸੁਪਨੇ ਪੂਰੇ ਕਰ ਸਕਦਾ ਪੰਜਾਬ ਦੇ ਜ਼ਰੂਰ ਕਰੇਗਾ ਤੁਹਾਡੀ ਮੁਲਾਕਾਤ ਹੋਈ ਹੈ ਜੇ ਕੁਝ ਪਲਾਨ ਕੀਤਾ ਹੈ ਮਿਲਣ ਜਾਣਾ ਕਿਵੇਂ ਬਿਲਕੁਲ ਜਾਣਾ ਜੀ ਅਜੇ ਤਾਂ ਮਤਲਬ ਇਹ ਹੈ ਕਿ ਅਜੇ ਤਾਂ ਅਸੀਂ ਇੱਥੋਂ ਹੀ ਸਾਰੇ ਫੋਨਾਂ ਦੇ ਉੱਤੇ ਵਧਾਈਆਂ ਇੱਕ ਦੂਜੇ ਨੂੰ ਦੇ ਰਹੇ ਆਂ ਔਰ ਜਾਣਾ ਤਾਂ ਬਣਦਾ ਵੀ ਹੈ ਹੁਣ ਅਸੀਂ ਪਲਾਨ ਕਰ ਰਹੇ ਆਂ ਕਿ ਇੱਕ ਦੋ ਦਿਨਾਂ ਤੱਕ ਅਸੀਂ ਪਹੁੰਚਾਂਗੇ ਕਿਤੇ ਨਾ ਕਿਤੇ ਟਾਈਮ ਦੀ ਐਡਜਸਟਮੈਂਟ ਕਰਕੇ ਕਿਉਂਕਿ ਹੁਣ ਹੁਣ ਉਹਦੇ ਕੋਲ ਟਾਈਮ ਨਹੀਂ ਹੈ ਟਾਈਮ ਕਿਉਂਕਿ ਨੈਚੁਰਲੀ ਉਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਨਾ ਸਾਡਾ ਮਿਲਣਾ ਮਲਾਉਣਾ ਕੋਈ ਖਾਸ ਮਾਇਨੇ ਨਹੀਂ ਰੱਖਦਾ ਅਸੀਂ ਕਹਿੰਨੇ ਕਿ ਅਸੀਂ ਦੂਰ ਬੈਠੇ ਵੀ ਅਸੀਂ ਉਹਦੇ ਨਾਲ ਹੀ ਹਣਾ ਕਲਾਕਾਰ ਦੇਖੋ ਮੈਂ ਮੇਰਾ ਤਾਂ ਇਹ ਮੰਨਣਾ ਹੈ ਕਿ ਜਦੋਂ ਮੈਂ ਇੱਕ ਟੀਮ ਨਾਲ ਕਿਸੇ ਨਾਲ ਵੀ ਕੰਮ ਕਰ ਲਵਾਂ ਤਾਂ ਉਹ ਟੀਮ ਮੇਰੀ ਬਹੁਤ ਖਾਸ ਟੀਮ ਹੁੰਦੀ ਹੈ ਤੇ ਮੇਰੇ ਦਿਲ ਦੇ ਕਰੀਬ ਹੁੰਦੀ ਹੈ ਤੇ ਚਾਹੇ ਮੈਂ ਉਸ ਤੋਂ ਬਾਅਦ ਕੰਮ ਕਰੀਏ ਜਾਂ ਨਾ ਕਰਾਂ ਕੋਈ ਫਰਕ ਨਹੀਂ ਪੈਂਦਾ ਲੇਕਿਨ ਟੀਮ ਅੱਜ ਵੀ ਅਸੀਂ ਉਹ ਤੇ ਅੱਜ ਵੀ ਅਸੀਂ ਕਰਮਜੀਤ ਅਨਮੋਲ ਬਿੰਨੂ ਢਿੱਲੋਂ ਸਾਰੇ ਇਕੱਠੇ ਜਦੋਂ ਮਿਲਦੇ ਆ ਸਾਰੇ ਉਹ ਪਲ ਯਾਦ ਕਰਦੇ ਆ ਤੇ ਹੁਣ ਤਾਂ ਸੱਚੀ ਮੁੱਚੀ ਇੱਕ ਮੌਕਾ ਸਾਰੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਖਾਸ ਕਰਕੇ ਹਿੰਦੀ ਵਾਲੀ ਭੈਣ ਜੀ ਦੇ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਬੜੀਆਂ ਵੀਡੀਓਜ਼ ਆ ਰਹੀਆਂ ਨੇ ਦੋਸਤ ਮਿੱਤਰ ਦਰਸ਼ਕ ਜਿੰਨੇ ਵੀ ਹੈਗੇ ਨੇ ਮੈਂ ਸੱਚੀ ਦਿਲੋਂ ਸਲਾਮ ਕਰਦੀ ਆ ਦਿਨੋ ਧੰਨਵਾਦ ਵੀ ਕਰਦੀ ਆ ਉਹਨਾਂ ਦਾ ਕਿ ਸਾਰੇ ਇਸ ਚੀਜ਼ ਨੂੰ ਯਾਦ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਅੱਥਰ ਤੱਕ ਵੀ ਕਹਿਆ ਸੀ ਕਿ ਇੱਕ ਵੀਡੀਓ ਭੇਜੀ ਕਿਸੇ ਨੇ ਕਿ ਹਿੰਦੀ ਵਾਲੀ ਭੈਣ ਜੀ ਭਗਵੰਤ ਨੂੰ ਡੰਡਿਆਂ ਨਾਲ ਕੁੱਟ ਰਹੀ ਐ ਉਹ ਇੱਕ ਆਰਟ ਸੀ ਉਹ ਇੱਕ ਐਪੀਸੋਡ ਐ ਉਸ ਤਰੀਕੇ ਦਾ ਪਰ ਇਹ ਪਿਆਰ ਐ ਦਰਸ਼ਕਾਂ ਦਾ ਜਿਹੜਾ ਸਾਨੂੰ ਸਾਡੇ ਤੱਕ ਪਹੁੰਚਾਉਂਦੇ ਨੇ ਜਦੋਂ ਤੁਸੀਂ ਸ਼ੂਟ ਕਰਦੇ ਸੀ ਤਾਂ ਸਾਰਾ ਇਹਨਾਂ ਲੀਡ ਕਰਦੇ ਸੀ ਭਗਵੰਤ ਜੋ ਉਸ ਟਾਈਮ ਤੇ ਹਰ ਚੀਜ਼ ਨੂੰ ਦੇਖਦੇ ਸੀ ਕੈਰੈਕਟਰਸ ਨੂੰ ਲੈ ਕੇ ਤਾਂ ਕਦੇ ਛਿੜਕਦੇ ਵੀ ਸੀ ਕਦੇ ਡਾਂਟਦੇ ਵੀ ਸੀ ਕਿਵੇਂ ਮਾਹੌਲ ਬਣਾ ਕੇ ਰੱਖਦੇ ਹੁੰਦੇ ਸੀ ਸੈੱਟ ਦੇ ਉੱਪਰ ਸਭ ਦੇ ਨਾਲ ਕੋਈ ਛਿੜਕਣਾ ਨਹੀਂ ਸੀ ਕੋਈ ਡਾਂਟਣਾ ਨਹੀਂ ਸੀ ਬਸ ਹੱਸਣਾ ਖੇਡਣਾ ਹੀ ਸੀਗਾ ਕੋਈ ਮਤਲਬ ਐਸ ਟਾਈਪ ਨਾਲ ਕਦੀ ਕੋਈ ਡਾਂਟ ਦਾ ਮਾਹੌਲ ਬਣਿਆ ਹੀ ਨਹੀਂ ਕਿਉਂਕਿ ਸਾਰੇ ਹੱਸਦੇ ਖੇਡਦੇ ਸਾਰੇ ਸ਼ਰਾਰਤਾਂ ਕਰਦੇ ਇਕੱਠੇ ਹੁੰਦੇ ਸੀਗੇ ਤੇ ਹੱਸਦੇ ਖੇਡਦੇ ਕਿਵੇਂ ਐਪੀਸੋਡ ਕਰਕੇ ਆ ਜਾਂਦੇ ਸੀ ਸਾਨੂੰ ਪਤਾ ਵੀ ਨਹੀਂ ਸੀ ਲੱਗਦਾ ਕਿਉਂਕਿ ਐਦਾਂ ਦਾ ਕੋਈ ਅਸਲ 'ਚ ਐਕਚੁਅਲੀ ਭਗਵੰਤ ਆਪ ਵੀ ਬਹੁਤ ਨੌਟੀ ਹੈ ਨਾ ਬਹੁਤ ਹਰ ਪਲ ਦੇ ਉੱਤੇ ਤੁਸੀਂ ਗੱਲ-ਗੱਲ ਦੇ ਉੱਤੇ ਉਹਨਾਂ ਨੇ ਵਿਅੰਗ ਕਰਨਾ ਗੱਲ-ਗੱਲ ਦੇ ਉੱਤੇ ਉਹਨਾਂ ਨੇ ਕੋਈ ਨਾ ਕੋਈ ਸਟਾਇਲ ਛੱਡਣਾ ਨਾ ਤੇ ਉਹ ਆਦਤ ਉਹਨਾਂ ਦੀ ਸ਼ੁਰੂ ਤੋਂ ਹੀ ਰਹੀ ਹੈ ਤੇ ਅਸੀਂ ਜਦੋਂ ਕੱਟੇ ਵੀ ਹੁੰਦੇ ਸੀ ਇੱਥੋਂ ਤੱਕ ਕਿ ਅਸੀਂ ਜਦੋਂ ਅਮਰੀਕਾ ਕੈਨੇਡਾ ਸ਼ੋਜ਼ ਕਰਨ ਗਏ ਆ ਮੈਂ ਵੀ ਗਈ ਆ ਮੈਂ ਸਿਰਫ ਹਿੰਦੀ ਵਾਲੀ ਟੀਚਰ ਹੀ ਨਹੀਂ ਮੈਂ ਸਟੂਡੈਂਟ ਵੀ ਬਣਦੀ ਰਹੀ ਆ ਤੇ ਮਤਲਬ ਬਹੁਤ ਖੂਬਸੂਰਤ ਸਫ਼ਰ ਰਿਹਾ ਹੈ ਉਹਨਾਂ ਦੇ ਨਾਲ ਤਾਂ ਉਦੋਂ ਵੀ ਰਸਤੇ ਦੇ ਵਿੱਚ ਪੂਰੇ ਰਸਤੇ ਮਤਲਬ 22 ਘੰਟੇ ਦਾ ਜਿਹੜਾ ਰਸਤਾ ਤੁਹਾਡਾ ਇੰਡੀਆ ਤੋਂ ਅਮਰੀਕਾ ਦਾ ਤਾਂ ਉਹ ਸਾਰਾ ਰਾਹ ਤੁਹਾਨੂੰ ਬੋਰ ਨਹੀਂ ਹੁੰਦਾ ਬੋਰਿਅਤ ਬਿਲਕੁਲ ਮਹਿਸੂਸ ਨਹੀਂ ਹੁੰਦੀ ਜਦੋਂ ਮਾਨ ਸਾਹਿਬ ਨਾਲ ਹੁੰਦੇ ਸੀ ਬੜੀਆਂ ਸਾਰੀਆਂ ਯਾਦਾਂ ਤੁਸੀਂ ਪਿਛਲੀ ਵਾਰ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਫਿਰ ਚਾਹੇ ਤੁਹਾਨੂੰ ਸਰਪ੍ਰਾਈਜ਼ ਦੇਣਾ ਹੋਵੇ ਤੁਹਾਡੇ ਬ੍ਰਦਰ ਨੂੰ ਲੈ ਕੇ ਚਾਹੇ ਫਿਰ ਰਸਤੇ ਦੇ ਵਿੱਚ ਤੁਹਾ ਹਰ ਇੱਕ ਆਰਟਿਸਟ ਦਾ ਧਿਆਨ ਰੱਖਣਾ ਹੋਵੇ ਕਿ ਕਿਸੇ ਦਾ ਖਾਣਾ ਮਿਸਤਾ ਨਹੀਂ ਹੋਇਆ ਚਾਹੇ ਸੈੱਟ ਦੇ ਉੱਪਰ ਜਾਣ ਤੋਂ ਪਹਿਲਾਂ ਸਕ੍ਰਿਪਟ ਰੈਡੀ ਕਰਨੀ ਹੋਵੇ ਕਾਫੀ ਸਾਰੀਆਂ ਚੀਜ਼ਾਂ ਸਮਝਾਣੀ ਮੈਮ ਅੱਜ ਕੋਈ ਇਦਾਂ ਦੀ ਯਾਦ ਜਿਹੜੀ ਤੁਹਾਨੂੰ ਲੱਗਦਾ ਕਿ ਹਾਂ ਇਹ ਜ਼ਰੂਰ ਸਾਂਝੀ ਕਰਨ ਵਾਲੀ ਆ ਆਡੀਅנס ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਆ ਉਹਨਾਂ ਦੇ ਬਾਰੇ ਕਿਉਂਕਿ ਤੁਸੀਂ ਇੰਨਾ ਟਾਈਮ ਉਹਨਾਂ ਦੇ ਨਾਲ ਕੰਮ ਕੀਤਾ ਹੈ ਬੜਾ ਨੇੜਿਓ ਤੁਸੀਂ ਉਹਨਾਂ ਨੂੰ ਜਾਣਦੇ ਹੋ ਬਹੁਤ ਸਾਰੀਆਂ ਯਾਦਾਂ ਨੇ ਹੁਣ ਤਾਂ ਕਈ ਨਿਕਲ ਕੇ ਆ ਰਹੀਆਂ ਨੇ ਕਈ ਦਿਮਾਗ ਚੋਂ ਸਕਿਪ ਹੋ ਗਈਆਂ ਸੀ ਉਹ ਵੀ ਯਾਦ ਹੈ ਇੱਕ ਬਹੁਤ ਇੰਪੋਰਟੈਂਟ ਯਾਦ ਵੀ ਹੈਗੀ ਹੈ ਕਿ ਜਦੋਂ ਅਸੀਂ ਕੈਨੇਡਾ ਅਮਰੀਕਾ ਜਾਣਾ ਸੀਗਾ ਅੰਬੈਸੀ ਚ ਗਏ ਅਸੀਂ ਸਾਰੀ ਟੀਮ ਉੱਥੇ ਪਾਸਪੋਰਟ ਲੈ ਕੇ ਵੀਜ਼ੇ ਵਾਸਤੇ ਤਾਂ ਉਹਨਾਂ ਨੇ ਵੀਜ਼ੇ ਸਾਨੂੰ ਦੇ ਦਿੱਤੇ ਲੇਕਿਨ ਪੂਰੀ ਟੀਮ ਨੂੰ ਨਹੀਂ ਦਿੱਤੇ ਆਈ ਥਿੰਕ ਅਸੀਂ 6 ਮੈਂਬਰ ਸੀਗੇ ਤੇ 3 ਸੱਤ ਮੈਂਬਰ ਸੀ 3 ਮੈਂਬਰ ਨੂੰ ਨਹੀਂ ਮਿਲੇ ਸੋ ਬਾਕੀਆਂ ਨੂੰ ਮਿਲ ਗਏ ਮੈਨੂੰ ਵੀ ਮਿਲ ਗਿਆ ਸੀ ਤਾਂ ਉਹਨੇ ਜਾ ਕੇ ਫਾਈਟ ਕੀਤੀ ਇਸ ਗੱਲ ਦੇ ਉੱਤੇ ਕਿ ਐਦਾਂ ਮੈਂ ਕਿਸ ਤਰ੍ਹਾਂ ਟੀਮ ਲੈ ਕੇ ਜਾਵਾਂ ਉਹ ਕਹਿੰਦੇ ਜੀ ਬੈਕਸਟੇਜ ਵਾਲਿਆਂ ਨੂੰ ਰਹਿਣ ਦਿਓ ਉਹ ਕਹਿੰਦਾ ਜੀ ਮੈਂ ਬੈਕਸਟੇਜ ਵਾਲਿਆਂ ਨੂੰ ਛੱਡ ਹੀ ਨਹੀਂ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਮਤਲਬ ਜਿਹੜੇ 2 ਜਾਂ 3 ਬੰਦੇ ਤੁਸੀਂ ਛੱਡ ਰਹੇ ਹੋ ਉਹਨਾਂ ਤੋਂ ਬਿਨਾ ਮੇਰਾ ਪਲੇ ਹੀ ਨਹੀਂ ਹੋ ਸਕਦਾ ਮੈਂ ਕਿੱਦਾਂ ਲੈ ਕੇ ਜਾਵਾਂ ਉਹ ਕਹਿੰਦੇ ਜੀ ਉੱਥੋਂ ਅਰੇਂਜ ਕਰ ਲਓ ਮਤਲਬ ਇਹ ਸੱਚੀ ਮੁੱਚੀ ਮੈਨੂੰ ਐ ਲੱਗਦਾ ਵੀ ਇਹ ਭਗਵੰਤ ਦੀ ਬੜੀ ਵੱਡੀ ਪ੍ਰਾਪਤੀ ਸੀਗੀ ਨਹੀਂ ਤਾਂ ਅੰਬੈਸੀ ਦੇ ਵਿੱਚ ਕੋਈ ਬਹਿਸ ਕਰ ਜਾਵੇ ਅੰਬੈਸੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਦਾਂ ਦੀ ਕੋਈ ਗੱਲਬਾਤ ਹੋ ਜਾਵੇ ਕਿ ਤੁਸੀਂ ਦੁਬਾਰਾ ਉਹਨੂੰ ਮਤਲਬ ਉਹਨਾਂ ਨੂੰ ਰਿਵਿਊ ਕਰਨ ਲਈ ਮੌਕਾ ਦਿਓ ਜਾਂ ਉਹਨਾਂ ਨੂੰ ਸੋਚਣ ਲਈ ਮੌਕਾ ਦਿਓ ਔਰ ਸੱਚੀ ਮੁੱਚੀ ਅਸੀਂ ਉੱਥੇ ਬੈਠੇ ਰਹੇ ਔਰ ਬਾਅਦ ਚੋਂ ਅਸੀਂ ਪੂਰੀ ਟੀਮ ਦਾ ਵੀਜ਼ਾ ਲੈ ਕੇ ਆਏ ਸੀ ਉਹ ਕਿਵੇਂ ਨੇ ਬਿਲਕੁਲ ਮਤਲਬ ਕਿ ਆਪਣੇ ਟੀਮ ਦੇ ਲਈ ਹਨਾ ਪੂਰਾ ਚੀਜ਼ ਉਸ ਟੈਂਪ ਤੇ ਸੋਚਦੇ ਸੀ ਕਹਿੰਦੇ ਜਦੋਂ ਸ਼ੂਟ ਚੱਲਦਾ ਹੁੰਦਾ ਸੀ ਤਾਂ ਕਈ ਵਾਰ ਕਮਿਟੀ ਸਰ ਚੀਜ਼ ਕਹਿੰਦੇ ਨੇ ਕਿ ਪੰਜਾਬ ਦੇ ਬਾਰੇ ਪੋਇਟਰੀ ਕਰਦੇ ਸੀ ਪੰਜਾਬ ਦੀਆਂ ਹੀ ਗੱਲਾਂ ਕਰਦੇ ਸੀ ਪੰਜਾਬ ਦੇ ਬਾਰੇ ਸੋਚਦੇ ਹੁੰਦੇ ਸੀ ਉਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਉਹ ਖਿਆਲات ਜਿਹੜੇ ਸੀ ਸ਼ੁਰੂ ਤੋਂ ਲੈ ਕੇ ਪੰਜਾਬ ਦੇ ਲਈ ਕਾਫੀ ਸੀ ਕਿ ਹਾਂ ਪੰਜਾਬ ਪੰਜਾਬੀਅਤ ਨੂੰ ਜਿਹੜਾ ਇਹ ਕਿਵੇਂ ਜਿੰਦਾ ਰੱਖਣਾ ਹੈ ਕਿਵੇਂ ਕੁਝ ਕਰਨਾ ਹੈ ਬਿਲਕੁਲ ਸਹੀ ਹੈ ਜੀ ਦੇਖੋ ਪਹਿਲੀ ਗੱਲ ਤੇ ਇਹ ਕਿ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਬੰਦਾ ਕਾਲਜ ਟਾਈਮ ਦੇ ਵਿੱਚ ਪੋਲਿਟੀਕਲ ਸਟਾਇਰ ਕਰ ਰਿਹਾ ਤੇ ਇਹਦਾ ਮਤਲਬ ਕਿ ਉਹ ਕਿਤੇ ਨਾ ਕਿਤੇ ਸੰਜੀਦਗੀ ਵਾਲਾ ਬੰਦਾ ਹੈ ਸਿਰਫ ਹਸਨ ਖੇਡਣ ਵਾਲਾ ਸਿਰਫ ਕਾਮੇਡੀਅਨ ਤੱਕ ਸੀਮਿਟ ਨਹੀਂ ਹੈਗਾ ਹਨਾ ਕੋਈ ਗੱਲ ਤਾਂ ਕਹਿੰਦਾ ਸੀ ਨਾ ਆਪਣੇ ਆਰਟ ਦੇ ਜ਼ਰੀਏ ਤੇ ਇਸ ਕਰਕੇ ਇਹ ਤਾਂ ਉਮੀਦ ਉਹ ਮਤਲਬ ਬਚਪਨ ਤੋਂ ਹੀ ਬਚਪਨ ਤੋਂ ਕਿ ਜਦੋਂ ਤੋਂ ਉਹਨਾਂ ਨੂੰ ਦੇਖਦੇ ਆ ਰਹੇ ਹਾਂ ਕਿ ਉਹਨਾਂ ਦਾ ਸੀ ਕਿ ਉਹਨਾਂ ਦਾ ਟੇਸ ਇਦਾਂ ਦਾ ਸੀਗਾ ਹਣਾ ਹਾਲਾਂਕਿ ਕਰਮਜੀਤ ਅਨਮੋਲ ਤਾਂ ਦੋਨੋਂ ਕਾਲਜ ਚ ਪੜੇ ਨੇ ਇਕੱਟੇ ਹੈ ਨਾ ਉਹ ਤਾਂ ਬਹੁਤ ਜ਼ਿਆਦਾ ਸਾਡੇ ਨਾਲ ਜ਼ਿਆਦਾ ਨੇੜੇ ਤੋਂ ਜਾਣਦੇ ਨੇ ਪਰ ਜਦੋਂ ਤੋਂ ਮੈਂ ਦੇਖ ਰਹੀ ਹਾਂ ਮੈਂ ਇਹੀ ਮਹਿਸੂਸ ਕੀਤਾ ਕਿ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਇਹ ਕਿਤੇ ਨਾ ਕਿਤੇ ਤਾਂ ਸੀਗਾ ਕਿ ਜੋ ਗਲਤ ਹੋ ਰਿਹਾ ਹੈ ਉਹਦੇ ਉੱਤੇ ਸਟਾਇਰ ਕਰਕੇ ਲੋਕਾਂ ਨੂੰ ਅਵੇਅਰ ਕਰਨਾ ਤੇ ਉਹ ਜਿਉ ਆਪਣੇ ਆਰਟ ਦੇ ਜ਼ਰੀਏ politically issues ਨੂੰ ਲੈ ਕੇ ਸਟਾਇਰ ਕਰਦੇ ਸੀਗੇ ਤਾਂ ਹੁਣ ਉਹ ਖੁਦ ਪੋਲਿਟਿਸ਼ੀਅਨ बन गए ने खुद उस टाइप दे उस माहौल च चले गए ने ता नेचुरली ए इस गल दी पूरी उम्मीद है कि वो पूरी तरह नाल سنجیدگی ਨਾਲ ਇਸ ਦੇ ਉੱਤੇ ਕੰਮ ਕਰਨਗੇ ਪੰਜਾਬ ਦੀ ਜਿਹੜੀ ਤੜਫ ਹੈਗੀ ਹੈ ਜਿਹੜੀਆਂ ਮੈਂ ਬੜੀਆਂ ਸਰੀਆਂ ਵੀਡੀਓਜ਼ ਦੇਖੀਆਂ ਨੇ ਮਤਲਬ ਜਿਹੜੀਆਂ ਮਾਮਾਂ ਰੋ ਰਹੀਆਂ ਨੇ ਜਿਹੜੀਆਂ ਮਤਲਬ ਇਹਨੇ ਔਰ ਉਹ ਖੁਦ ਵੀ ਰੋ ਰਿਹਾ ਹੈ ਭਗਵੰਤ ਦੇਖ ਕੇ ਕਿ ਕਿੰਨੀ ਉਮੀਦ ਹੈ ਹੈਨਾ ਮਤਲਬ ਲੇਡੀਜ਼ ਨੂੰ ਵੀ ਜੈਂਟਸ ਨੂੰ ਵੀ ਪੂਰੇ ਪੰਜਾਬ ਨੂੰ ਕਿੰਨੀ ਉਮੀਦ ਹੈ ਭਗਵੰਤ ਤੋਂ ਤੇ ਮੈਂ ਡੈਫੀਨੇਟਲੀ ਕਹਨੀ ਹੈ ਕਿ ਭਗਵੰਤ ਸਾਰੀਆਂ ਉਮੀਦਾਂ ਤੇ ਖਰਾ ਉਤਰੇਗਾ ਬਹੁਤ سارے ਲੋਕਾਂ ਨੂੰ ਬਹੁਤ ਵਾਰ ਬਾਰੋਂ ਜੇ ਇਧਰ ਲਿਆ ਕੇ ਆਉਣ ਦੀ ਗੱਲ ਹੁੰਦੀ ਸੀ ਤਾਂ ਬਹੁਤ ਵਾਰ ਉਹਨਾਂ ਨੇ ਹੈਲਪ ਵੀ ਕੀਤੀ ਬੜੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹੀਆਂ ਨੇ ਬਿਲਕੁਲ ਜਦੋਂ ਕਿਤੇ ਵੀ ਬੱਚੇ ਫਸੇ ਨੇ ਆ ਇਵਨ ਕਿ ਯੂਕਰੇਨ ਵਾਲੇ ਵੀ ਉਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਕੰਡ ਵਾਪਰੇ ਨੇ ਤਾਂ ਉਹ ਖੁਦ ਅੱਗੇ ਆ ਕੇ ਆਪਣਾ ਨੰਬਰ ਦੇ ਕੇ ਤਾਂ ਗੱਲ ਕਰਦਾ ਹੈ ਉਹ ਨਾ ਤੋ ਇਦਾਂ ਦੀ ਕੋਈ ਗੱਲ ਹੈ ਨਹੀਂ ਕਿ ਉਹਦੇ ਦਿਲ 'ਚ ਇਸ ਤਰ੍ਹਾਂ ਦਾ ਕੋਈ ਦਰਦ ਨਹੀਂ ਹੈ ਜਾਂ ਉਹਨੇ ਸਿਰਫ ਆਪਣੀ ਕੁਰਸੀ ਵਾਸਤੇ ਕੰਮ ਕੀਤਾ ਜਾਂ ਉਹਨੇ ਸਿਰਫ ਕੁਰਸੀ ਵਾਸਤੇ ਕੁਰਸੀ ਤੱਕ ਪਹੁੰਚਣ ਲਈ ਐਨੀ ਹਿੰਮਤ ਕੀਤੀ ਹੈ ਨਹੀਂ ਸੱਚੀ ਮੱਚੀ ਉਸਦੇ ਦਿਲ ਦਿਮਾਗ ਦੇ ਵਿੱਚ ਪੰਜਾਬ ਬਾਰੇ ਕੁਝ ਕਰਨ ਦੀ ਚਾਹਤ ਹੈ ਕੀ ਸੋ ਇੱਕ ਚੀਜ਼ ਮੈਂ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਦੋਂ ਵੇਲਾ ਟਾਈਮ ਹੁੰਦਾ ਸੀ ਤਾਂ ਵੇਲੇ ਟਾਈਮ ਕੀ ਕਰਨਾ ਪਸੰਦ ਹੁੰਦਾ ਸੀ ਭਗਵੰਤ ਮਾਨ ਜੀ ਜਦੋਂ ਮੈਂ ਕਿ ਸ਼ੂਟ ਵਗੈਰਾ ਤੁਸੀਂ ਨਹੀਂ ਸੀ ਕਰ ਰਹੇ ਹੁੰਦੇ ਬਿਲਕੁਲ ਫ੍ਰੀ ਬੈਠੇ ਹੁੰਦੇ ਸੀ ਅ ਫ੍ਰੀ ਤਾਂ ਹੱਸਦੇ ਖੇਡਦੇ ਹੁੰਦੇ ਸੀ ਕਮੇਡੀ 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 ਟੋਟਲੀ 24 ਘੰਟੇ ਮਤਲਬ ਜਦੋਂ ਅਸੀਂ ਇਕੱਠੇ ਹੁੰਦੇ ਸੀਗੇ ਮਤਲਬ ਮੇਰੇ ਤੋਂ ਬਿਨਾਂ ਜਦੋਂ ਆਪਣਾ ਉਹਨਾਂ ਦਾ ਟਾਈਮ ਸਪੇਅਰ ਹੁੰਦਾ ਸੀਗਾ ਉਹ ਤਾਂ ਆਪਣੇ ਹਿਸਾਬ ਨਾਲ ਚਲਾਉਂਦੇ ਹੋਣਗੇ ਲੇਕਿਨ ਇਹ ਕਿ ਜਿੰਨੀ ਵਾਰੀ ਵੀ ਅਸੀਂ ਸ਼ੋਅ ਤੋਂ ਮਤਲਬ ਕੈਨੇਡਾ ਅਮਰੀਕਾ ਅਸੀਂ ਜਾਂਦੇ ਸੀਗੇ ਤਾਂ ਜਦੋਂ ਸਾਡਾ ਸ਼ੋਅ ਨਹੀਂ ਸੀ ਹੁੰਦਾ ਤਾਂ ਇਹ ਨਹੀਂ ਸੀਗਾ ਕਿ ਉਹਨਾਂ ਨੇ ਚੁੱਪ ਕਰਕੇ ਬੈਠਣਾ ਮੈਂ ਪਹਿਲਾਂ ਵੀ ਦੱਸਿਆ ਵੀ ਉਹ ਚੁੱਪ ਕਰਕੇ ਬੈਠਣ ਵਾਲੀ ਹਸਤੀ ਹੈ ਹੀ ਨਹੀਂ ਸੀਗੇ ਸੋ ਵੀ ਕੈਨੇਡਾ ਔਰ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਦਾ ਮੂੰਹ ਨਹੀਂ ਦੁਖਦਾ ਸੀ ਜਾਂ ਉਹਨਾਂ ਨੂੰ ਥਕਾਵਟ ਨਹੀਂ ਮਹਿਸੂਸ ਹੁੰਦੀ ਸੀਗੀ ਮਤਲਬ ਹਰ ਵੇਲੇ ਹੱਸਣਾ ਖੇਡਣਾ ਮੈਂ ਇੱਕ ਵਾਰੀ ਸ਼ਾਇਦ ਜ਼ਿਕਰ ਵੀ ਕੀਤਾ ਸੀ ਤੁਹਾਡੇ ਕੋਲ ਕਿ ਅਸੀਂ ਇੱਕ ਵਾਰੀ ਕੈਨੇਡਾ ਅਮਰੀਕਾ ਗਏ ਸੀ ਤਾਂ ਰਸਤੇ ਦੇ ਵਿੱਚ ਮੈਂ ਤੇ ਬਿੰਨੂ ਨੇ ਸ਼ਾਇਦ ਮੈਂ ਡਿਸਕਸ ਕੀਤਾ ਸੀ ਕਿ ਲੜਨ ਲੱਗ ਪਈ ਸੀ ਤੇ ਉਹ ਗੱਲ ਹੁਣ ਥੋੜੇ ਦਿਨ ਪਹਿਲਾਂ ਇਸ ਇਲੈਕਸ਼ਨ ਤੋਂ 4-5 ਮਹੀਨੇ ਪਹਿਲਾਂ ਦੀ ਗੱਲ ਹੈ ਮੈਨੂੰ ਫੋਨ ਆਉਂਦਾ ਕਿ ਇਸ ਤਰ੍ਹਾਂ ਤੂੰ ਇਹਨਾਂ ਨੂੰ ਦੱਸ 3-ਵੇ ਦੇ ਉੱਤੇ ਕਾਲ ਕਰਕੇ ਵੀ ਇਹਨਾਂ ਨੂੰ ਦੱਸੋ ਕਾਣ ਕੀ ਹੋਇਆ ਸੀ ਦੇਖੋ ਇੰਨੀ ਪੁਰਾਣੀ ਯਾਦ ਵੀ ਉਹਨਾਂ ਨੇ ਸੰਭਾਲ ਕੇ ਰੱਖੀ ਹੋਈ ਤੇ ਉਹ ਅੱਜ ਵੀ ਡਿਸਕਸ ਕਰ ਰਹੇ ਨੇ ਸੋ ਹੱਸਣਾ ਖੇਡਣਾ ਤਾਂ ਖੈਰ ਉਹਨਾਂ ਦੀ ਨੇਚਰ ਦੇ ਵਿੱਚ ਹੈ ਗਈ ਸੋ ਹੁਣ ਕਿਵੇਂ ਮੈਂ ਦੇਖ ਰਿਹਾ ਹੁਣ ਨਾਲ ਇੱਕ ਚੇਂਜ ਆ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਸੀ ਉਮੀਦ ਕਿ ਹਾਂ ਕੁਝ ਚੇਂਜ ਲੈ ਕੇ ਆਉਣ ਦੀ ਜ਼ਰੂਰਤ ਆ ਪੰਜਾਬ 'ਚ ਉਹਨਾਂ ਨੇ ਭਗਵੰਤ ਮਾਨ ਦੇ ਜੀ ਦੇ ਵੱਲੋਂ ਇੱਕੋ ਚੀਜ਼ ਆਨਦੀ ਸੀ ਕਿ ਇੱਕ ਮੌਕਾ ਦੋ ਸੋ ਜਨਤਾ ਨੇ ਇੱਕ ਮੌਕਾ ਉਹਨਾਂ ਨੂੰ ਦਿੱਤਾ ਆ ਤੁਸੀਂ ਹੁਣ ਕਿਵੇਂ ਦੇਖ ਰਹੇ ਹੋ ਕਿ ਹੁਣ ਜੋ ਸਰਕਾਰ ਆ ਪੰਜਾਬ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਦੇ ਖੜੇ ਉੱtreਗੀ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਸ਼ਾਇਦ ਬੋਲਣ ਦੀ ਜ਼ਰੂਰਤ ਆ ਦੇਖਣ ਦੀ ਜ਼ਰੂਰਤ ਆ ਜਾਂ ਇਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਕਿ ਜੇ ਨਹੀਂ ਉਹ ਚੀਜ਼ਾਂ ਹੋ ਪਾਇਆ ਤੇ ਲੋਕੀ ਫੇਰ ਕੁਝ ਚੇਂਜ ਲੈ ਕੇ ਆਉਣਗੇ ਅੱਗੇ ਅ ਬਿਲਕੁਲ ਦੇਖੋ ਇੱਕ ਮੌਕਾ ਦਿੱਤਾ ਹੈ ਉਹਨਾਂ ਨੇ ਲੋਕਾਂ ਨੇ ਔਰ ਮੈਂ ਕਹਿੰਨੀ ਹੈ ਕਿ ਸੱਚੀ ਮੁੱਚੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਪੋਲਿਟিক্যাল ਲੈਵਲ ਤੇ ਦੇਖੀ ਤਾਂ ਵੱਡੇ ਵੱਡੇ ਜਿਹੜੇ ਥੰਮ ਨੇ ਉਹ ਡੇਗੇ ਨੇ ਇਸ ਵਾਰੀ ਹੈ ਨਾ ਤੇ ਉਹ ਮਤਲਬ ਉਹਨਾਂ ਨੂੰ ਹਰਾ ਕੇ ਅੱਗੇ ਆਉਣਾ ਇੱਕ ਪਾਰਟੀ ਲਈ ਬਹੁਤ ਵੱਡੀ ਗੱਲ ਹੈ ਮੈਂ ਜੇ ਕੱਲੀ ਪਾਰਟੀ ਦੀ ਗੱਲ ਨਹੀਂ ਕਰ ਰਹੀ ਮੈਂ ਕੱਲੇ ਭਗਵੰਤ ਦੀ ਗੱਲ ਨਹੀਂ ਕਰ ਰਹੀ ਮੈਂ ਲੋਕਾਂ ਦੀ ਗੱਲ ਕਰ ਰਹੀ ਹਾਂ ਕਿ ਲੋਕਾਂ ਨੂੰ ਚੇਂਜ ਚਾਹੀਦੀ ਸੀ ਤੇ ਭਗਵੰਤ ਨੇ ਉਹ ਚੇਂਜ ਦਿੱਤੀ ਹੈ ਤੇ ਹੁਣ ਇਹਨਾਂ ਦੇ ਹੱਥ ਵਿੱਚ ਹੈ ਪੂਰੀ ਪਾਰਟੀ ਦੇ ਹੱਥ ਵਿੱਚ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਔਰ ਜੇ ਨਹੀਂ ਹੋਣਗੇ ਤਾਂ ਫਿਰ 5 ਸਾਲਾਂ ਬਾਅਦ ਉਹੀ ਗੱਲ ਹੋਏਗੀ ਕਿ ਲੋਕਾਂ ਨੂੰ ਫੇਰ ਇੱਕ ਚੇਂਜ ਚਾਹੀਦੀ ਹੋਏਗੀ ਹਨਾ ਤਾਂ ਦੇਖੋ ਲੋਕੀ ਬਦਲਾਪ ਹਾਲਦੇ ਨੇ ਲੋਕਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਗੱਲ ਕਰਨ ਵਾਲਾ ਕੋਈ ਬੰਦਾ ਉੱਥੇ ਪਹੁੰਚੇ ਭਗਵੰਤ ਤੋਂ ਉਮੀਦ ਹੈ ਬਸ ਇਸ ਗੱਲ ਦੀ ਕਿ ਉਹ ਲੋਕਾਂ ਦੀ ਗੱਲ ਕਰੇਗਾ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਇਸੇ ਕਰਕੇ ਲੋਕਾਂ ਨੇ ਪੂਰੀ ਪਾਰਟੀ ਨੂੰ ਜਿਤਾਇਆ ਔਰ ਕਮਾਲ ਦੀ ਗੱਲ ਇਹ ਹੈ ਕਿ ਜਿੱਥੇ ਬਹੁਤ ਸਾਰੀਆਂ ਕੁਝ ਲੜਕੀਆਂ ਇਹੋ ਜੀਆਂ ਕੜੀਆਂ ਸੀ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ ਪਰ ਉਸ ਸੀਟ ਦੇ ਉੱਤੇ ਬੜੇ ਵੱਡੇ ਥੰਮ ਖੜੇ ਸੀਗੇ ਹਨਾ ਪਰ ਉਹ ਵੀ ਉਹ ਵੀ ਹਾਰੇ ਨੇ ਤੇ ਕੁੜੀਆਂ ਜਿੱਤੀਆਂ ਨੇ ਸੋ ਮਤਲਬ ਸੱਚੀ ਮੁੱਚੀ ਬਹੁਤ ਵੱਡੀ ਚੇਂਜ ਆਈ ਹੈ ਤੇ ਉਮੀਦ ਹੈ ਕਿ ਪੂਰੀ ਇਸ ਗੱਲ ਦੇ ਉੱਤੇ ਜੋ ਪੰਜਾਬ ਦੀ ਪੇਡ ਪੇਨ ਜੜੀ ਉਹ ਮਹਿਸੂਸ ਕਰਨਗੇ ਤੇ ਉਸ ਨੂੰ ਕਰਨਗੇ ਕੋਈ ਨਾ ਕੋਈ ਹੱਲ ਕੱਢ ਬਿਲਕੁਲ ਉਹ ਚੀਜ਼ ਹੈ ਕਿ ਕਿਤੇ ਕਿਤੇ ਇਸਰ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਆ ਤੇ ਉਹ ਚੀਜ਼ ਦੀ ਸ਼ਾਇਦ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਜ਼ਰੂਰਤ ਸੀ ਪੰਜਾਬ ਦੇ ਲਈ ਸੋ ਮੈਮ ਤੁਸੀਂ ਜਾਂਦੇ ਜਾਂਦੇ ਭਗਵੰਤ ਮਾਨ ਜੀ ਦੇ ਲਈ ਕੀ ਕਹਿਣਾ ਚਾਹੋਗੇ ਕੋਈ ਸੁਨੇਹਾ ਕੋਈ ਮੈਸੇਜ ਭਗਵੰਤ ਬੇਟਾ ਮੈਂ ਹਿੰਦੀ ਵਾਲੀ ਮੈਡਮ ਬੋਲ ਰਹੀ ਹੂੰ सो so, मैं आपको बहुत बहुत मुबारकबाद देती हूँ आपने अच्छी पढ़ाई करी और आपने अच्छे से हिंदी सीखी तभी आप दिल्ली तक पहुँच गए हैं सो <laughs> so, बहुत बहुत मुबारका कह रहे हैं हंसना खेडना सी दिलों मुबारक ने सच्ची मुची बहुत वड्डी खुशी है साढ़े सारे कला जगत क्योंकि कलाकार का एक ऐसे मुकाम त पहुँचना सच्ची मुची मतलब अंदरूनी खुशी है बहुत दिलों खुशी है ਬਹੁਤ ਬਹੁਤ ਮੁਬਾਰਕਾਂ ਔਰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਪੰਜਾਬ ਨੂੰ ਪੰਜਾਬੀਅਤ ਨੂੰ ਉਮੀਦ ਹੈ ਕਿ ਤੁਸੀਂ ਆਪਣੇ ਇਸ ਮਾਹੌਲ ਦੇ ਵਿੱਚ ਰਹਿ ਕੇ ਆਪਣੇ ਇਸ politcal career ਦੇ ਵਿੱਚ ਰਹਿ ਕੇ ਸਾਰਿਆਂ ਦੀਆਂ ਉਮੀਦਾਂ ਤੇ ਪੂਰੀ ਉਤਰੋਗੇ ਥੈਂਕ ਯੂ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਜੀ ਥੈਂਕ ਯੂ ਸੋ ਅਸਾਂ ਮੇਰੇ ਨਾਲ ਅਨੀਤਾ ਸ਼ਬਦਦੇਸ਼ ਜੀ ਜਿਨ੍ਹਾਂ ਨੇ ਕੀ ਭਗਵੰਤ ਮਾਨ ਜੀ ਦੇ ਨਾਲ ਬਹੁਤ ਸਾਰੇ ਨਾਟਕਾਂ ਦੇ ਵਿੱਚ ਕੰਮ ਕੀਤਾ ਬਹੁਤ ਸਾਰੇ ਥੀਏਟਰ ਪਲੇਸ ਦੇ ਵਿੱਚ ਕੰਮ ਕੀਤਾ ਸੋਨ ਦੇ ਨਾਲ ਮੁਲਾਕਾਤ ਕੀਤੀ ਪਹਿਲਾਂ ਵੀ ਇਹਨਾਂ ਦੇ ਨਾਲ ਤੁਹਾਡੀ ਸਭ ਦੀ ਮੁਲਾਕਾਤ ਕਰਵਾਈ ਸੀ ਜਦੋਂ ਕੀ ਭਗਵੰਤ ਮਾਨ ਜੀ ਨੂੰ ਸੀਐਮ ਚਿਹਰਾ ਐਨਾਨਸ ਕੀਤਾ ਗਿਆ ਸੀ ਤੇ ਅੱਜ ਜਦੋਂ ਉਹ ਜਿੱਤ ਗਏ ਨੇ ਤਾਂ ਇੱਕ ਵਾਰ ਫੇਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਕੁਝ ਕisse ਕਹਾਣੀਆਂ ਦੇ ਜਿਹੜੀਆਂ ਸੀ ਪੁਰਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦੀਆਂ ਤੁਹਾਨੂੰ ਅੱਜ ਦੀ ਸਾਂਝੀ ਇੰਟਰਵਿਊ ਪਸੰਦ ਆਈ ਹੋਵੇਗੀ ਫਿਰ ਮੁਲਾਕਾਤ ਕਰਵਾਵਾਂਗੇ ਤੁਹਾਡੀ ਕਿਸੇ ਹੋਰ ਨਵੀਂ ਪਰਸਨੈਲਿਟੀ ਦਿਨ। ਉਦੋਂ ਤੱਕ ਦੀ ਲਈ ਮੈਨੂੰ ਯਾਨੀ ਖੁਸ਼ੀ ਸਰਾਂ ਨੂੰ اجازت ਦੇ ਦਿੱਤੇ ਰਹੋ ਪ੍ਰੋ ਪੰਜਾਬ ਟੀਵੀ।